ਇੱਕ ਟ੍ਰੈਡੀਸ਼ਨ ਹੀ ਬਣ ਗਈ ਆ ਵੀ ਬਾਦਲ ਪਰਿਵਾਰ ਦੀ ਜਿਹਦੇ ਤੇ ਮੇਰ ਹੋਵੇ ਜੀ ਉਹਦਾ ਨਾਂ ਹੀ ਲਫਾਫੇ ਚ ਪੈਂਦਾ ਇੰਨਾ ਆਗਿਆਕਾਰ ਪ੍ਰਧਾਨ ਕਿਤੇ ਬਾਦਲ ਪਰਿਵਾਰ ਨੂੰ ਮਿਲ ਨਹੀਂ ਜੇ ਮਿਲ ਪਏ ਜੈਸਦਰ ਤੋਤਾ ਸਿੰਘ ਹਣੀ ਜੈਸਦਰ ਜੀ ਵਾਰੀ ਤੁਹਾਡੀ ਸੀ ਸੀਨੀਅਰ ਹੀ ਤੁਸੀਂ ਸੀ ਪਰ ਅਸੀਂ ਬਦਲਿਆ ਨਹੀਂ ਜਦੋਂ ਬਦਲਾਂਗੇ ਅਸ ਕੀ ਜ਼ਰੂਰ ਤੁਹਾਡਾ ਪਿਆਰ ਇਹ ਕਿਡੀਆਂ ਮੀਟਾਂ ਮੂੜੀਆਂ ਨੇ ਇਹਨਾਂ ਦਾ ਕੋਈ ਅਰਥ ਨਹੀਂ ਇਹ ਐਵੇਂ ਲੋਕਾਂ ਨੂੰ ਮੂਰਖ ਬਣਾਉਣ ਵਾਲੀ ਗੱਲ ਆ ਸਭ ਤੋਂ ਵੱਡਾ ਕੌਮ ਦਾ ਨੁਕਸਾਨ ਜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਨਾ ਤੇ ਕੋ ਨੁਕਸਾਨ ਆ ਜਿਹਦੀ ਪਰਪਾਈ ਕਰਨੀ ਪਈ ਹੈ ਤੇ ਖਾਲੀ ਜਲ ਆਪਣਾ ਪੰਥਕ ਏਜੰਡਾ ਤੇ ਆਪਣਾ ਸਿਧਾਂਤ ਗਵਾ ਚੁੱਕਾ ਇੱਕਦਮੇ ਮਿੱਟੀ ਚ ਮਿਲ ਪ੍ਰਕਾਸ਼ ਸਿੰਘ ਬਾਦਲ ਨਾਲੋਂ ਮੇਰੇ ਫਾਦਰ ਦੀ ਜੇਲ੍ਹ ਵੱਧ ਹੈ ਸਿੱਖਾਂ ਦੀ ਮਿਨੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 27 ਨਵੰਬਰ ਦੇ ਦਿਨ 44ਵੇਂ ਪ੍ਰਧਾਨ ਮਿਲ ਗਏ ਨੇ ਤੀਜੀ ਵਾਰੀ ਰਿਪੀਟ ਹੋਏ ਨੇ ਗੋਬਿੰਦ ਸਿੰਘ ਲੰਗੋਵਾਲ ਨੂੰ ਹੀ ਸੁਖਬੀਰ ਸਿੰਘ ਬਾਦਲ ਨੇ ਐਸਜੀਪੀਸੀ ਦੇ ਨਵੇਂ ਪ੍ਰਧਾਨ ਬਣਾਇਆ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਸੀਨੀਅਰ ਲੀਡਰ ਸੇਵਾ ਸਿੰਘ ਸੇਖਵਾਨੇ ਨਾਲ ਹੀ ਗੁਰਦਾਸਪੁਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਨੇ ਜੋ ਮੌਜੂਦਾ ਹਾਊਸ ਹੈ ਜਿਹੜਾ ਚੱਲ ਰਿਹਾ ਸੀ ਵੀਸੀ ਦੱਸੇਖਾ ਸਾਹਿਬ ਬਹੁਤ-ਬਹੁਤ ਸਵਾਗਤ ਹੈ ਦਾ ਖਾਲਸ ਟੀਵੀ ਤੇ ਤੁਹਾਡਾ ਬਹੁਤ ਸ਼ੁਕਰੀਆ ਜੀ ਤੁਸੀਂ ਮੈਨੂੰ ਆਪਣੇ ਚੈਨਲ ਤੇ ਲਿਆ ਕੇ ਆਪਣੇ ਸਰੋਤਿਆਂ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ ਹੈ ਸੋ ਸੇਖਾ ਸਾਹਿਬ ਤੁਸੀਂ ਵੀ ਐਜੀਵੀਸੀ ਮੈਂਬਰੋਂ ਪਹਿਲਾ ਸਵਾਲ ਇਹੀ ਹੈ ਕਿ ਤੁਸੀਂ ਅੱਜ ਦੇ اجلاس ਵਿੱਚ ਕਿਉਂ ਨਹੀਂ ਗਏ ਮੈਂ ਅੱਜ ਦੇ اجلاس ਵਿੱਚ ਆਪਣੇ ਕਿਸੇ ਪਰਸਨਲ ਆਪਣੇ ਰੁਝੇਵੇਂ ਕਰਕੇ ਨਹੀਂ ਗਿਆ ਜੀ ਮੇਰੀ ਤਬੀਅਤ ਵੀ ਕੁਝ ਢਲੀ ਸੀ ਮੇਰਾ ਬੇਟਾ ਬਾਹਰੋਂ ਆਇਆ ਸੀ ਅੱਜ ਉਹਦੀ ਫਲਾਈਟ ਸੀਗੀ ਜੇ ਦੀ ਵਜਾ ਕਰਕੇ ਅੱਜ ਮੈਂ ਰਿਟਰਨ ਨਹੀਂ ਕਰ ਸਕਿਆ ਜੀ ਤੁਹਾਨੂੰ ਮਾੜਾ ਮੋਟਾ ਹੈਗਾ ਇਸ ਚੀਜ਼ ਦਾ ਕਿ ਤੁਸੀਂ اٹینڈ ਕਰਨੀ ਚਾਹੀਦੀ ਸੀ ਤੁਹਾਨੂੰ ਅੱਜ ਦਾ اجلاس ਕਰਨਾ ਚਾਹੀਦਾ ਸੀ ਜੇ ਤੁਸੀਂ ਕਰਦੇ ਤਾਂ ਸ਼ਾਇਦ ਕੋਈ ਫਾਇਦਾ ਹੁੰਦਾ ਵੇਖੋ ਕਰਲਾ ਤੇ ਜਿੰਨੇ ਵੀ ਮੈਂਬਰ ਨੇ ਸਾਰਿਆਂ ਨੂੰ ਕਰਨਾ ਚਾਹੀਦਾ ਹੈ ਔਰ ਸਾਨੂੰ اخਲਾਕੀ ਤੌਰ ਤੇ ਵੀ ਕਰਨਾ ਚਾਹੀਦਾ ਹੈ ਤੇ ਸੰਵਿਧਾਨਕ ਤੌਰ ਤੇ ਵੀ ਕਰਨਾ ਚਾਹੀਦਾ ਹੈ ਜੀ ਕਿਉਂਕਿ ਇੱਕ ਸਾਲ ਬਾਅਦ ਕਰੀਬ-ਕਰੀਬ ਆਪਣੇ ਜਨਰਲ ਹਾਊਸ ਆਉਂਦਾ ਆ ਜਾਂ ਫਿਰ ਜਦੋਂ ਬਜਟ ਪਾਸ ਹੁੰਦਾ ਉਦੋਂ ਜਨਰਲ ਹਾਊਸ ਜਿਹੜਾ ਆਉਂਦਾ ਜੀ ਮੇਰੇ ਵੇਖੇ ਦੋ ਵਾਰੀ ਭਾਵੇਂ ਜਨਰਲ ਹਾਊਸ ਦੀਆਂ ਮੀਟਿੰਗਾਂ ਹੁੰਦੀਆਂ ਨੇ ਜੀ ਲੇਕਿਨ ਜਿਸ ਮਕਸਦ ਵਾਸਤੇ ਇਹ ਮੀਟਿੰਗਾਂ ਰੱਖੀਆਂ ਗਈਆਂ ਨੇ ਉਹ ਮਕਸਦ ਕਦੀ ਵੀ ਪੂਰੇ ਨਹੀਂ ਹੋਏ ਜੀ ਜੀ ਉਹ ਮਕਸਦ ਇਸ ਕਰਕੇ ਪੂਰੇ ਨਹੀਂ ਹੋਏ ਕਿ ਜਿਹੜੀਆਂ ਗੱਲਾਂ ਇਸ ਜਨਰਲ ਹਾਊਸ 'ਚ ਹੋਣੀਆਂ ਚਾਹੀਦੀਆਂ ਬੜੀਆਂ ਸਾਰਥਕ ਡਿਸਕਸ਼ਨਸ ਹੋਣੀਆਂ ਚਾਹੀਦੀਆਂ ਨੇ ਜਿਸ ਮਕਸਦ ਵਾਸਤੇ ਸਾਡੇ ਪੁਰਖਿਆਂ ਨੇ ਐਸਜੀਪੀਸੀ ਬੜੀਆਂ ਕੁਰਬਾਨੀਆਂ ਦੇ ਕੇ ਹੋਂਦ ਵਿੱਚ ਲਿਆਂਦੀ ਸੀ ਜੀ ਉਹਨਾਂ ਗੱਲਾਂ ਨੂੰ ਜੇ ਮੱਦੇ ਨਜ਼ਰ ਰੱਖਿਆ ਜਾਵੇ ਤੇ ਜਿਹੜਾ ਜਨਰਲ ਇਜਲਾਸ ਹੈ ਉਹਦੀ ਬਹੁਤ ਵੱਡੀ ਅਮੀਅਤ ਹੈ ਜੀ ਜੇ ਅੱਜ ਦੇ ਜਨਰਲ ਹਾਊਸ ਦੀ ਗੱਲ ਕਰ ਲਈਏ ਸੇਖਮਾ ਸਾਹਿਬ ਅੱਜ ਜਦੋਂ ਜੇ ਤੁਸੀਂ ਹਾਊਸ ਦੇ ਵਿੱਚ ਹੁੰਦੇ ਜਦੋਂ ਗੋਬਿੰਦ ਸਿੰਘ ਲੋਂਗੋਵਾਲ ਦਾ ਨਾਮ ਹੈ ਜਿਹੜਾ ਉਹ ਰੱਖਿਆ ਗਿਆ ਹਾਊਸ ਦੇ ਵਿੱਚ ਐਸਜੀਵੀਸੀ ਦੇ ਨਵੇਂ ਪ੍ਰਧਾਨ ਦੇ ਲਈ ਤੁਹਾਡਾ ਕੀ ਰਿਐਕਸ਼ਨ ਹੋਣਾ ਸੀ ਪ੍ਰਵਾਨ ਕਿ ਅਪਰਵਾਨ ਨਹੀਂ ਮੈਂ ਮੈਂ ਕਦੀ ਵੀ ਇਹ ਗੱਲ ਨਹੀਂ ਕਹਿ ਸਕਦਾ ਕਿ ਕਿਸੇ ਨੂੰ ਪ੍ਰਵਾਨ ਜਾਂ ਅਪਰਵਾਨ ਕਿਹਾ ਜਾਵੇ ਇਸ ਕਰਕੇ ਕਿ ਮੇਰੇ ਕਹਿਣ ਨਾਲ ਨਾ ਉਹਨੂੰ ਪ੍ਰਮਾਨਗੀ ਮਿਲਣੀ ਆ ਨਾ ਅਪ੍ਰਮਾਨਗੀ ਮਿਲਣੀ ਆ ਇੱਕ ਟ੍ਰੈਡੀਸ਼ਨ ਹੀ ਬਣ ਗਈ ਆ ਵੀ ਬਾਦਲ ਪਰਿਵਾਰ ਦੀ ਜਿਹਦੇ ਤੇ ਮੇਰ ਹੋਵੇ ਜੀ ਉਹਦਾ ਨਾਂ ਹੀ ਲਿਫਾਫੇ ਚ ਪੈਂਦਾ ਤੇ ਉੱਥੇ ਜਾ ਕੇ ਅਨਾਉਂਸ ਹੋ ਜਾਂਦਾ ਤੇ ਸਵਾਏ ਕਿਸੇ ਮਰਜ਼ਾਦਾ ਨੂੰ ਜਾਂ ਜੋ ਵੀ ਇਲੈਕਸ਼ਨ ਦੀ ਟੈਕਨੀਕ ਆ ਉਹਨੂੰ ਧਾਰਨ ਕਰਨ ਦੇ ਜੀ ਤੇ ਜੰਕਾਰਾ ਛੱਡ ਕੇ ਤੇ ਉਹਦੀ ਪ੍ਰਮਾਨਗੀ ਦੇ ਦਿੱਤੀ ਜਾਂਦੀ ਆ ਤੇ ਉਹਨੂੰ ਪ੍ਰਧਾਨ ਚੁਣ ਲਿਆ ਸੁਣ ਲਿਆ ਜਾਂਦਾ ਜੇ ਕੋ 2 4 5 10 ਸੱਜਣ ਹੋਣ ਵੀ ਜਿਹੜੇ ਉਹ ਉਸ ਗੱਲ ਦਾ ਵਿਰੋਧ ਕਰਦੇ ਆ ਤੇ ਉਹਨਾਂ ਦੀ ਗੱਲ ਸੁਣੀ ਨਹੀਂ ਜਾਂਦੀ ਜੀ ਤੇ ਆਪਣੀ ਪ੍ਰਕਿਰਿਆ ਪੂਰੀ ਕਰਕੇ ਤੇ ਅਨਾਉਂਸਮੈਂਟ ਕਰ ਦਿੱਤੀ ਜਾਂਦੀ ਜੀ ਬਿਲਕੁਲ ਇਹ ਇਹ ਵੀ ਤੁਹਾਡੇ ਤੋਂ ਜਾਣਾਂਗੇ ਕਿਉਂਕਿ ਤੁਸੀਂ ਬੜਾ ਲੰਮਾ ਸਮਾਂ ਉਸ ਪਾਰਟੀ ਦੇ ਵਿੱਚ ਰਹੇ ਹੋ ਤੁਹਾਨੂੰ ਸਾਰਾ ਕੁਝ ਜ਼ਰੂਰ ਪਤਾ ਹੋਏਗਾ ਪਰ ਪਹਿਲਾਂ ਆਪਾਂ ਗੱਲ ਕਰ ਲਈਏ ਕਿ ਗੋਬਿੰਦ ਸਿੰਘ ਲੋਂਗੋਵਾਲ ਨੇ ਜਿਹੜੇ ਉਹ ਸੁਖਬੀਰ ਬਾਦਲ ਨੂੰ ਇੰਨੇ ਪਸੰਦ ਕਿਉਂ ਆ ਰਹੇ ਨੇ ਤੀਸਰੀ ਵਾਰੀ ਉਹਨਾਂ ਨੂੰ ਪ੍ਰਧਾਨ ਬਣਾਇਆ ਤੁਸੀਂ ਜ਼ਰੂਰ ਜਾਣਦੇ ਹੋਵੋਗੇ ਉਹਨਾਂ ਦੀ ਪਸੰਦ ਨਾਲ ਪਸੰਦ ਬਾਰੇ ਇਨਾ ਅਗਿਆਕਾਰ ਪ੍ਰਧਾਨ ਕਿਤੇ ਬਾਦਲ ਪਰਿਵਾਰ ਨੂੰ ਮਿਲ ਨਹੀਂ ਸਕਦਾ ਜੀ ਬਾਦਲ ਪਰਿਵਾਰ ਨੂੰ ਪ੍ਰਬੰਧ ਕਿਹੜਾ ਪ੍ਰਬੰਧ ਹੈ ਜਿਹੜਾ ਉਹਨਾਂ ਦੀ ਹਰ ਗੱਲ ਹਰ ਇਸ਼ਾਰੇ ਤੇ ਚੱਲਣ ਵਾਲਾ ਹੋਵੇ ਜਿਹੜੇ ਜਿਹਦੀ ਆਪਣੀ ਕੋਈ ਵਿਲ ਪਾਵਰ ਨਾ ਹੋਵੇ ਜੀ ਜਿਹੜਾ ਆਪਣੀ ਗੱਲ ਕਹਿਣ ਦੇ ਸਮਰੱਥ ਨਾ ਹੋਵੇ ਕੇਵਲ ਤੇ ਕੇਵਲ ਜੋ ਕੁਝ ਬਾਦਲ ਪਰਿਵਾਰ ਨੇ ਕਹਿਤਾ ਉਹਨੂੰ ਅਮਲ ਵਿੱਚ ਲਿਆਉਣਾ ਹੀ ਉਹਦੀ ਡਿਊਟੀ ਹੋਵੇ ਜੀ ਇਹੋ ਜਿਹੇ ਪ੍ਰਧਾਨ ਉਹਨਾਂ ਨੂੰ ਚਾਹੀਦਾ ਆ ਤੇ ਮੈਂ ਸਮਝਦਾ ਕਿ ਹੁਣ ਤੱਕ ਜਿੰਨੇ ਵੀ ਪ੍ਰਧਾਨ ਬਣਿਆ ਮੇਰੇ ਬੜੇ ਸਤਿਕਾਰਯੋਗ ਨੇ ਕਿਉਂਕਿ ਕੋਈ ਵੀ ਕਿਸੇ ਕੁਰਸੀ ਤੇ ਬੈੰਦਾ ਆ ਜੀ ਭਾਵੇਂ ਕਿਸੇ ਢੰਗ ਨਾਲ ਵੀ ਬੈੰਦਾ ਉਹਦਾ ਸਤਿਕਾਰ ਕਰਨਾ ਬਣਦਾ ਹਮ ਕਿਉਂਕਿ ਭਾਵੇਂ ਅੱਜ ਨਾ ਕੁਰਸੀਆਂ ਦਾ ਸਤਿਕਾਰ ਬਾਦਲ ਪਰਿਵਾਰ ਕਰਕੇ ਨਹੀਂ ਰਿਹਾ ਜੀ ਲੈਕਿਨ ਇਹ ਬੜੀਆਂ ਸਤਕਾਰਤ ਕੁਰਸੀਆਂ ਨੇ ਚਾਹੇ ਉਹ ਅਕਾਲ ਤਖਤ ਸਾਹਿਬ ਜੀ ਦੇ ਆਪਣੇ ਜਥੇਦਾਰ ਜੀ ਨੇ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਨ ਨੇ ਜੀ ਜਾਂ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਨੇ ਇਹ ਇਹ ਤਿੰਨੇ ਪੋਸਟਾਂ ਬੜੀਆਂ ਸਤਿਕਾਰਯੋਗ ਨੇ ਜੀ ਲੇਕਿਨ ਜੋ ਕੁਝ ਪਿਛਲਿਆਂ ਸਮਿਆਂ ਚ ਵਾਪਰਿਆ ਆ ਔਰ ਜਿਵੇਂ ਮਰਯਾਦਾ ਦਾ ਘਾਣ ਕਰਕੇ ਇਹਨਾਂ ਰੁਤਬਿਆਂ ਨੂੰ ਮਿੱਟੀ ਵਿੱਚ ਰੋਲਿਆ ਗਿਆ ਇੱਕ ਸਿੱਖ ਹੋਣ ਦੇ ਨਾਤੇ ਬੜਾ ਦੁਖੀ ਹਾਂ ਜੀ ਸੋ ਬੀਬੀ ਜਗੀਰ ਕੌਰ ਤੁਸੀਂ ਕਹਿੰਦੇ ਹੋ ਕਿ ਜਿਹੜਾ ਪੂਰੀ ਪੂਰਾ ਆਗਿਆਕਾਰੀ ਹੋਵੇ ਜੋ ਉਹਨਾਂ ਨੇ ਕਹਿਤਾ ਸਿਰ ਮੱਥੇ ਖਿੜੇ ਮੱਥੇ ਪ੍ਰਵਾਨ ਕਰਨਾ ਤੇ ਉਹਨੂੰ ਲਾਗੂ ਵੀ ਕਰਨਾ ਬੀਬੀ ਜਗੀਰ ਕੌਰ ਤੋਤਾ ਸਿੰਘ ਉਹਨਾਂ ਦਾ ਨਾਮ ਵੀ ਆ ਰਿਹਾ ਸੀ ਅੱਜ ਬਲਵੀਰ ਸਿੰਘ ਹੁਣਸ ਦਾ ਨਾਮ ਵੀ ਆ ਰਿਹਾ ਸੀ ਬੀਬੀ ਜਗੀਰ ਕੌਰ ਦੀ ਗੱਲ ਕਰ ਲਈਏ ਕੀ ਉਹ ਉਹਨੇ ਆਗਿਆਕਾਰੀ ਹੈ ਨਹੀਂਗੇ ਵੇਖੋ ਆਗਿਆਕਾਰੀ ਤੇ ਉਹ ਵੀ ਨਹੀਂ ਇਹਦੇ ਵਿੱਚ ਕੋਈ ਦੋ ਰਾਮਾ ਨਹੀਂ ਔਰ ਪਹਿਲਾਂ ਵੀ ਜਿਹੜਾ ਦੋ ਤਿੰਨ ਵਾਰੀ ਉਹਨੂੰ ਬਣਾਇਆ ਗਿਆ ਇਸੇ ਕਰਕੇ ਬਣਾਇਆ ਗਿਆ ਸੀ ਜੀ ਲੇਕਿਨ ਇਸ ਵਾਰ ਜਿਹੜੇ ਕੋ ਚਾਰ ਪੰਜ ਬੜੇ ਸੀਨੀਅਰ ਨਾ ਸਾਹਮਣੇ ਆ ਰਹੇ ਸਨ ਜਿਵੇਂ ਤੁਸੀਂ ਵੀ ਤਿੰਨ ਚਾਰ ਨਾਂ ਜਿਹੜੇ ਲਏ ਨੇ ਜਥੇਦਾਰ ਤੋਤਾ ਸਿੰਘ ਹੋਣੀ ਨੇ ਬੀਬੀ ਜਗੀਰ ਕੌਰ ਜੀ ਨੇ ਜੀ ਕੁਨ ਸਾਹਿਬ ਨੇ ਜਾਂ ਮੱਕੜ ਸਾਹਿਬ ਨੇ ਜਾਂ ਬਡੂੰਗਰ ਸਾਹਿਬ ਨੇ ਜੀ ਸਾਰੇ ਬੜੇ ਸੀਨੀਅਰ ਨੇ ਬਿਲਕੁਲ ਲੇਕਿਨ ਜੇ ਇਸ ਵਾਰੀ ਲੋਂਗੋਵਾਲ ਸਾਹਿਬ ਨੂੰ ਬਦਲ ਕੇ ਇਹਨਾਂ ਚੋਂ ਪੰਜਾਂ ਵਿੱਚੋਂ ਕਿਸੇ ਨੂੰ ਬਣਾਉਂਦੇ ਤੇ ਉਹ ਤਾਂ ਸ਼ਾਇਦ ਖੁਸ਼ ਹੋ ਜਾਂਦਾ ਲੇਕਿਨ ਬਾਕੀ ਦੇ ਚਾਰੇ ਨਾਰਾਜ਼ ਹੋ ਜਣੇ ਸੀ ਅੱਛਾ ਤੇ ਮੈਨੂੰ ਪਤਾ ਮੈਂ ਉਸ ਪਰਿਵਾਰ ਦੇ ਵਿੱਚ ਹੀ ਰਿਹਾ ਆ ਬਾਦਲ ਪਰਿਵਾਰ ਕਦੀ ਵੀ ਉਹ ਗੱਲ ਨਹੀਂ ਕਰਦਾ ਜਿਹਦੇ ਨਾਲ ਨਾਰਾਜ਼ਗੀ ਹੋਵੇ ਜੀ ਉਹਨਾਂ ਨੇ ਹੁਣ ਇਹ ਹੀ ਬਿਹਤਰ ਸਮਝਿਆ ਕਿ ਚਾਰ ਪੰਜ ਬੰਦੇ ਨਾਰਾਜ਼ ਕਰਨ ਤੋਂ ਬਿਹਤਰ ਆ ਕਿ ਇਹ ਹੀ ਕਹਿ ਦੇਣਗੇ ਵੀ ਜੇ ਬਦਲਦੇ ਤਾਂ ਉਹਨਾਂ ਚੋਂ ਸਾਰਿਆਂ ਨੂੰ ਵਾਰੀ-ਵਾਰੀ ਕਹਿਣਾ ਸੀ ਕਿ ਜੇ ਬਦਲਦੇ ਤਾਂ ਮੈਂ ਤੈਨੂੰ ਬਣਾਉਣਾ ਸੀ ਬੀਬੀ ਜੀ ਤੁਹਾਡੀ ਵਾਰੀ ਸੀ ਜੇ ਮਿਲ ਪਏ ਜੈਸਰ ਤੋਤਾ ਸਿੰਘ ਹੁਣੀ ਜੈਸਰ ਜੀ ਵਾਰੀ ਤੁਹਾਡੀ ਸੀ ਸੀਨੀਅਰ ਹੀ ਤੁਸੀਂ ਸੀ ਪਰ ਅਸੀਂ ਬਦਲਿਆ ਨਹੀਂ ਜਦੋਂ ਬਦਲਾਂਗੇ ਅਸੀਂ ਜ਼ਰੂਰ ਤੁਹਾਡਾ ਖਿਆਲ ਰੱਖਾਂਗੇ ਸੋ ਇਸ ਕਰਕੇ ਮੈਂ ਅੱਜ ਤੋਂ ਹਫਤਾ ਪਹਿਲਾਂ ਨਿਊਜ਼ 18 ਨਾਲ ਇਹ ਮੇਰੇ ਕੋਲ ਇੰਟਰਵਿਊ ਲਈ ਸੀਗੀ ਮੈਂ ਉਹਨਾਂ ਨੂੰ ਵੀ ਕਹਤਾ ਸੀ ਮੈਂ ਆਖਿਆ ਕਦੀ ਵੀ ਇਹ ਲੋਂਗੋ ਵਾਲ ਨੂੰ ਇਹਨਾਂ ਹਾਲਾਤਾਂ ਵਿੱਚ ਨਹੀਂ ਬਦਲਣਗੇ ਦੋਵੇਂ ਗੱਲਾਂ ਦੋ ਹੀ ਗੱਲਾਂ ਨੇ ਇੱਕ ਤੇ ਉਹਨਾਂ ਦਾ ਅਗਿਆਕਾਰ ਹੋਣਾ ਚਾਹੀਦਾ ਤੇ ਦੂਸਰਾ ਉਹਦੇ ਬਣ ਤੋਂ ਬਾਅਦ ਕੋਈ ਨਾਰਾਜ਼ ਨਾ ਹੋਵੇ ਜੀ ਇਸ ਕਰਕੇ ਲੰਗਵਾਲ ਸਾਹਿਬ ਦੀ ਹੈਟ੍ਰਿਕ ਬਣ ਗਈ ਜੀ ਫਿਰ ਫਿਰ ਜਿਹੜੀਆਂ ਮੀਟਿੰਗਾਂ ਹੁੰਦੀਆਂ ਨੇ ਉਸ ਤੋਂ ਪਹਿਲਾਂ ਜਦੋਂ ਅੱਜ ਇਜਲਾਸ ਹੋਣਾ ਸੀ ਕੱਲ ਪਰਸੋਂ ਚੰਡੀਗੜ੍ਹ ਅੰਮ੍ਰਿਤਸਰ ਦੇ ਵਿੱਚ ਸੁਖਵੀਰ ਬਾਦਲ ਸਾਹਿਬ ਨੇ ਮੀਟਿੰਗਾਂ ਕੀਤੀਆਂ ਪਰ ਫੈਸਲਾ ਜਿਹੜਾ ਉਹਨਾਂ ਨੇ ਆਪ ਦਾ ਹੀ ਕਰਨਾ ਹੁੰਦਾ ਫਿਰ ਇਹ ਕਿਉਂ ਰਚਿਆ ਜਾਂਦਾ ਸਾਰਾ ਕੁਝ ਇਹ ਤਾਂ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਆ ਲੋਕਾਂ ਦੇ ਅੱਖੀ ਘੱਟਾ ਪਾਉਣ ਵਾਸਤੇ ਆ ਇਹ ਮੀਟਿੰਗਾਂ ਅਸੀਂ ਮੈਂ ਵੀ ਇਹਨਾਂ ਮੀਟਿੰਗਾਂ ਵਿੱਚ ਸ਼ਾਮਲ ਰਿਹਾ ਜੀ ਤੇ ਮੈਨੂੰ ਪਤਾ ਆ ਇੱਕ ਵਾਰੀ ਜਦੋਂ ਮੱਕੜ ਸਾਹਿਬ ਪਹਿਲੀ ਵਾਰ ਪ੍ਰਧਾਨ ਬਣਿਆ ਜੀ ਤੇ 80% ਮੈਂਬਰ ਸਨ ਜਿਨ੍ਹਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਗੱਲ ਕਹੀ ਸੀ ਕਿ ਇਸ ਵਾਰ ਸੇਵਾ ਸਿੰਘ ਸੇਖਵਾ ਨੂੰ ਆਪਣੇ ਪ੍ਰਧਾਨ ਬਣਾਉਣਾ ਚਾਹੀਦਾ ਤੁਸੀਂ ਕਦੀ ਵੀ ਮਾਝੇ ਨੂੰ ਕਦੀ ਕੋਈ ਨਮਾਇਦਗੀ ਨਹੀਂ ਦਿੱਤੀ ਐਸਜੀਪੀਸੀ ਤੇ ਤੁਸੀਂ ਐਸਜੀਪੀਸੀ ਦੀ ਪ੍ਰਧਾਨਗੀ ਅਰਕਾ ਮਾਝੇ ਨੂੰ ਦਿਓ ਤੇ ਉਹ ਉਹ ਦੇ ਸੇਵਾ ਸਿੰਘ ਸੇਖਵਾ ਨੂੰ ਦਿਓ ਤੇ ਮੈਨੂੰ ਯਾਦ ਹੈ ਕਿ 80% ਮੈਂਬਰਾਂ ਦੀ ਰਾਇ ਨਹੀਂ ਸੀ ਮੰਨੀ ਗਈ ਬਿਲਕੁਲ ਫਿਰ ਵੀ ਬਾਦਲ ਸਾਹਿਬ ਨੇ ਆਪਣੀ ਮਰਜ਼ੀ ਕੀਤੀ ਸੀ ਤੇ ਮੱਕੜ ਸਾਹਿਬ ਨੂੰ ਜਿਹੜਾ ਕਿ ਬਹੁਤ ਜੂਨੀਅਰ ਸੀ ਉਸ ਵੇਲੇ ਜੀ ਉਹ ਉਹਨਾਂ ਨੂੰ ਪ੍ਰਧਾਨ ਬਣਾ ਦਿੱਤਾ ਗਿਆ ਸੀ ਜੀ ਸੋ ਇਸ ਕਰਕੇ ਜਿਹੜੀਆਂ ਮੀਟਿੰਗਾਂ ਮੂੜੀਆਂ ਨੇ ਇਹਨਾਂ ਦਾ ਕੋਈ ਅਰਥ ਨਹੀਂ ਇਹ ਐਵੇਂ ਲੋਕਾਂ ਨੂੰ ਮੂਰਖ ਬਣਾਉਣ ਵਾਲੀ ਗੱਲ ਆ ਕਿ ਅਸੀਂ ਜੀ ਮੀਟਿੰਗ ਕੀਤੀ ਰਾਇ ਲਈ ਆ ਲੋ ਮੇਰਾ ਇਹ ਚੈਲੰਜ ਆ ਕਿ ਜਿਹੜੀ ਗੱਲ ਮੈਂ ਕਹਿ ਰਿਹਾ ਉਹਦਾ ਜਵਾਬ ਦੇਣੇ ਕਿ ਇਹ ਗੱਲ ਗਲਤ ਆ ਜੀ ਸੋ ਜਿਹੜਾ ਇੱਕ ਦਿਨ ਪਹਿਲਾਂ ਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਭੀਰ ਸਿੰਘ ਬਾਦਲ ਨੂੰ ਸਾਰੇ ਅਧਿਕਾਰ ਦੇ ਦਿੱਤੇ ਜਾਂਦੇ ਨੇ ਪ੍ਰਧਾਨ ਬਣਾਉਣ ਦੇ ਉਹ ਉਦੋਂ ਅੰਦਰ ਕੀ ਕੁਝ ਹੁੰਦਾ ਹੁੰਦਾ ਹੈ ਮਤਲਬ ਉਹ ਉਹ ਵੀ ਇੱਕ ਲੋਕਾਂ ਨੂੰ ਭਰਮ ਚ ਪਾਉਣ ਵਾਲਾ ਹੀ ਹੁੰਦਾ ਐਸਜੀਬੀਸੀ ਮੈਂਬਰ ਖੁਦ ਕਹਿੰਦੇ ਨੇ ਕਿ ਅਸੀਂ ਤੁਹਾਨੂੰ ਅਧਿਕਾਰ ਦੇ ਦਿੱਤੇ ਉਹ ਕੀ ਹੁੰਦਾ ਅਸਲ ਬੀਬਾ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜੀ ਸਭ ਤੋਂ ਵੱਡਾ ਕੌਮ ਦਾ ਨੁਕਸਾਨ ਜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਨਾ ਤੇ ਉਹ ਨੁਕਸਾਨ ਆ ਜਿਹਦੀ ਪਰਪਾਈ ਕਰਨੀ ਬੜੀ ਔਖੀ ਆ ਜੀ ਸਿੱਖ ਬਹਾਦਰ ਜੋਧੇ ਜਰਨੈਲ ਅਣਖੀ ਕੁਰਬਾਨੀ ਵਾਲੇ ਲੋਕਾਂ ਤੋਂ ਮਰ ਮਿਟਣ ਵਾਲੇ ਦੂਜਿਆਂ ਦੇ ਧਰਮਾਂ ਦੀ ਰਾਖੀ ਕਰਨ ਵਾਲੇ ਦੂਜਿਆਂ ਦੀ ਬਹੁ ਬੇਟੀ ਦੀ ਰਾਖੀ ਕਰਨ ਵਾਲੇ ਇਹ ਉਹ ਲੋਕ ਸਨ ਜੀ ਲੇਕਿਨ ਅੱਜ ਉਹਨਾਂ ਦੀ ਸਥਿਤੀ ਉਹਨਾਂ ਦੀ ਸਾਇਕੀ ਇਸ ਲੀਡਰਸ਼ਿਪ ਨੇ ਕਿਹੜੀ ਬਣਾਤੀ ਆ ਟੁਕੜਬੋਚਾਂ ਵਾਲੀ ਲਾਲਚੀ ਲੋਕਾਂ ਵਾਲੀ ਹੂੰ ਤੈਨੂੰ ਚੇਅਰਮੈਨੀ ਦੇ ਦੇਾਂਗੇ ਤੈਨੂੰ ਐਮਐਲਏ ਦੀ ਟਿਕਟ ਦੇ ਦੇਾਂਗੇ ਤੁਹਾਨੂੰ ਆਟਾ ਦਾਲ ਦੇ ਦਿੰਨੇ ਆ ਤੁਹਾਡੇ ਬਿੱਲ ਮਾਫ ਕਰ ਦਿੰਨੇ ਆ ਸਾਇਕੀ ਕ੍ਰਪਟ ਕਰ ਦਿੱਤੀ ਲਾਲਚੀ ਬਣਾਤੀ ਟੁਕੜਬੋਚਾਂ ਦੀ ਬਣਾਤੀ ਅੱਜ ਇਹੋ ਜਿਹੇ ਲੋਕ ਨੇ ਜਿਹੜੇ ਉਹਨਾਂ ਮੀਟਿੰਗਾਂ 'ਚ ਬੈਠੇ ਹੁੰਦੇ ਆ ਜਿਹੜੇ ਇਸ ਕਰਕੇ ਸੱਚ ਨਹੀਂ ਬੋਲਦੇ ਪਰ ਕਸੂਰ ਉਹਨਾਂ ਦਾ ਵੀ ਤਾਂ ਹੈ ਨਾ ਕਿ ਲਾਲਚ ਕਿਉਂ ਲੈਂਦੇ ਨੇ ਬਿਲਕੁਲ ਬਿਲਕੁਲ ਉਹ ਵੀ ਅਸੀਂ ਮੈਂ ਵੀ ਉਹਨਾਂ 'ਚੋਂ ਆ ਬਿਲਕੁਲ ਤੁਸੀਂ ਮੈਂ ਵੀ ਉਸ ਕਲਟੀ 'ਚ ਰਿਹਾ ਆ ਜੀ ਅਸੀਂ ਵੀ ਉਹੋ ਕੁਝ ਕਰਦੇ ਰਹੇ ਆ ਲੇਕਿਨ ਜਦੋਂ ਆਤਮਾ ਨੇ ਹਲੂਣਾ ਦਿੱਤਾ ਔਰ ਅਖੀਰ ਹੋ ਗਈ ਜਦੋਂ ਸਿਰ ਤੋਂ ਪਾਣੀ ਲੰਘ ਗਿਆ ਜਦੋਂ ਗੁਰੂ ਗਰੰਥ ਸਾਹਿਬ ਜੀ ਦੀ ਬੇਦਬੀ ਹੋ ਗਈ ਤੇ ਉੱਥੇ ਅਸੀਂ ਬਥੇਰਾ ਰੌਲਾ ਰੱਪਾ ਪਾਇਆ ਜਦੋਂ ਸਾਡੀ ਕੋਈ ਸੁਣਵਾਈ ਨਹੀਂ ਹੋਈ ਫਿਰ ਸਾਡੀ ਆਤਮਾ ਨੇ ਕਿਹਾ ਵੀ ਹੁਣ ਇਹ ਇਸ ਲੀਡਰਸ਼ਿਪ ਦੀ ਲੀਡਰਸ਼ਿਪ ਥੱਲੇ ਤੇ ਇਸ ਪਾਰਟੀ ਵਿੱਚ ਰਹਿਣ ਦਾ ਕੋਈ ਲਾਭ ਨਹੀਂ ਇਹਨਾਂ ਦਾ ਕੋਈ ਸਿਧਾਂਤ ਨਹੀਂ ਕੋਈ ਆਈਡੀਆਲੋਜੀ ਨਹੀਂ ਇਹ ਖਾਲਸਾ ਪੰਥ ਦਾ ਸਿਧਾਂਤ ਇਹਨਾਂ ਮਿੱਟੀ ਚ ਮਲਾਤਾ ਇਹ ਗੁਰੂ ਦੇ ਨਹੀਂ ਬਣੇ ਪਰ ਸਾਚ ਉਹ ਜਿਹੜਾ ਸੌਦਾ ਸਾਧਿਆ ਜਿਹੜਾ ਬਲਾਤਕਾਰੀ ਸਾਧਿਆ ਜੀ ਇਹ ਉਹਦੇ ਸਮਰਥਕ ਬਣ ਕੇ ਤੇ ਗੁਰੂ ਗ੍ਰੰਥ ਸਾਹਿਬ ਵਾਲੇ ਨਾਲ ਪਿੱਠ ਕਰਤੀ ਇਸ ਕਰਕੇ ਅਸੀਂ ਇਹਨਾਂ ਨਾਲ ਨਹੀਂ ਚੱਲ ਸਕਦੇ ਇਹਨਾਂ ਗੱਲਾਂ ਨੂੰ ਮੱਦਰ ਨਜ਼ਰ ਰੱਖ ਕੇ ਅਸੀਂ ਲਾਗ ਹੋਇਆ ਸਾਡਾ ਪਾਰਟੀ ਵਿੱਚ ਕਿਹੜਾ ਮਾਨ ਸਤਿਕਾਰ ਘੱਟ ਸੀ ਮੈਂ ਪਾਰਟੀ ਦਾ ਸੀਨੀਅਰ ਉਮੀਦਵਾਰ ਪ੍ਰਧਾਨ ਸਾਂ ਮੈਂ ਕੋਈ ਕਮੇਟੀ ਨਹੀਂ ਜਿਹਦਾ ਮੈਂਬਰ ਨਹੀਂ ਸਾਂ ਕੋਰ ਕਮੇਟੀ ਦਾ ਮੈਂਬਰ ਸਾਂ ਅਨਸਾਸ਼ਿਕ ਕਮੇਟੀ ਦਾ ਮੈਂਬਰ ਸਾਂ ਜਿਹੜੀ ਇਲੈਕਸ਼ਨ ਮੈਨੀਫੈਸਟੋ ਕਮੇਟੀ ਦਾ ਮੈਂ ਕੋਈ ਮਤਲਬ ਕਮੇਟੀ ਨਹੀਂ ਜਿਹਦਾ ਮੈਂ ਮੈਂਬਰ ਨਹੀਂ ਸਾਂ ਜੀ ਪੂਰਾ ਮਾਨ ਇੱਜ਼ਤ ਸੀਗਾ ਲੇਕਿਨ ਜੇ ਛੱਡਿਆ ਆ ਤੇ ਉਸੂਲ ਤੇ ਸਿਧਾਂਤ ਤੇ ਕਰਕੇ ਛੱਡਿਆ ਵੀ ਇਹ ਹੁਣ ਗੈਰ ਸਿਧਾਂਤਕ ਹੋ ਰ ਗਿਆ اصول ਭੰਗ ਕਰ ਚੁੱਕੇ ਆ ਹੁਣ ਇਹ ਨਾਲ ਨਹੀਂ ਚੱਲੇ ਸੋ ਐਨੇ ਉਹਦੇ ਸਿਗੇ ਤੁਹਾਡੇ ਕੋਲੇ ਤੁਸੀਂ ਛੱਡਤਾ ਅਫਸੋਸ ਤਾਂ ਨਹੀਂ ਕੋਈ ਉਹ ਪਹਿਲਾਂ ਮਤਲਬ ਲੱਗਦਾ ਸੀ ਕਿ ਮੇਰੇ ਕੋਲ ਕੁਝ ਹੈ ਪਹਿਲਾਂ ਸੀ ਕਿ ਪਾ ਲਿਆ ਕਿ ਹੁਣ ਲੱਗਦਾ ਵੀ ਹੁਣ ਪਾ ਲਿਆ ਮੈਂ ਸਮਝਣਾ ਹੁਣ ਮੈਂ ਆਪਣੇ ਆਪ ਨੂੰ ਸੁਰਖਰੂ ਸਮਝਣਾ ਜਿਹੜਾ ਮੇਰਾ ਮਨ ਤੇ ਬੋਝ ਸੀ ਮੇਰੀ ਆਤਮਾ ਤੇ ਬੋਝ ਸੀ ਵੀ ਗਲਤ ਹੋ ਰਿਹਾ ਲੇਕਿਨ ਪਾਰਟੀ ਡਿਸਪਲਿਨ ਕਰਕੇ ਬੋਲਦੇ ਨਹੀਂ ਸਾਂ ਅੰਦਰ ਬੋਲਦੇ ਸਾਂ ਸਿੱਖਾ ਸਾਹਿਬ ਇੰਨੇ ਸਾਲ ਕਿਵੇਂ ਕੱਢੇ ਜਾ ਸਕਦੇ ਨੇ ਦਬਾਅ ਦੇ ਵਿੱਚ ਇੰਨੇ ਸਾਲ ਤੁਸੀਂ ਅੱਜ ਵੀ ਮੇਰਾ ਇੱਕ ਚੈਲੰਜ ਆ 2010 ਦੀ ਮੇਰੀ ਅੱਜ ਵੀ YouTube ਤੇ ਮੇਰੀ ਵੀਡੀਓ ਹੈਗੀ ਆ ਅੱਜ ਤੁਸੀਂ ਕੱਢ ਕੇ ਵੇਖ ਸਕਦੇ ਹੋ 2010 ਦੀ ਜੀ ਮੈਂ ਦੇਖੀ ਆ ਮੈਂ ਉਦੋਂ ਕੈਬਨਿਟ ਮਨਿਸਟਰ ਸਾਂ ਮੈਂ ਉਹਦੇ ਵਿੱਚ ਕਲੀਅਰ ਕੱਟ ਗਿਆ ਸੀ ਕਿ ਅਕਾਲੀ ਦਲ ਆਪਣਾ ਪੰਥਕ ਏਜੰਡਾ ਤੇ ਆਪਣਾ ਸਿਧਾਂਤ ਗਵਾ ਚੁੱਕਾ ਇੱਕ ਦਿਨ ਇਹ ਮਿੱਟੀ 'ਚ ਮਿਲ ਜਾਏਗਾ 2010 ਦੀ ਗੱਲ ਕਰ ਰਿਹਾ ਅੱਜ ਦੀ ਗੱਲ ਨਹੀਂ ਕਰ ਰਿਹਾ ਅੱਜ ਤੋਂ 9 ਸਾਲ ਪੁਰਾਣੀ ਗੱਲ ਕਰ ਰਿਹਾ ਉਦੋਂ ਦੀ ਲੜ ਰਹੇ ਆ ਲੇਕਿਨ ਸਾਡੀ ਸੁਣਵਾਈ ਨਹੀਂ ਹੋਈ ਲੇਕਿਨ ਮਨ ਵਿੱਚ ਇਹ ਵੀ ਸੀ ਕਿ ਇਹ ਪਾਰਟੀ ਮਰ ਜਾਣੀ ਹੈ ਜਿਹੜੀ ਨਹੀਂ ਮਰਨੀ ਚਾਹੀਦੀ ਜੀ ਜਿੱਦਣ ਅਕਾਲੀ ਦਲ ਖਤਮ ਹੋ ਗਿਆ ਕੌਮ ਖਤਮ ਹੋਣ ਤੱਕ ਜਾਣੀ ਹੈ ਸਾਡੇ ਵੱਡ ਵਡੇਰਿਆਂ ਨੇ ਜੀ ਇਸ ਪਾਰਟੀ ਵਾਸਤੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਮੈਂ ਤਾਂ ਕਈ ਵਾਰੀ ਇਹ ਗੱਲ ਆਪਣੇ ਚੈਨਲ 'ਤੇ ਕਹੀ ਆ ਕਿ ਪ੍ਰਕਾਸ਼ ਸਿੰਘ ਬਾਦਲ ਨਾਲੋਂ ਮੇਰੇ ਫਾਦਰ ਦੀ ਜੇਲ੍ਹ ਵੱਧ ਆ। ਤੇ ਜਿਹੜੀਆਂ ਇਨੀਆਂ ਕੁਰਬਾਨੀਆਂ ਕਰਕੇ ਪਾਰਟੀ ਬਣੀ ਹੋਵੇ ਉਹਦਾ ਨੁਕਸਾਨ ਹੁੰਦਾ ਵੀ ਨਹੀਂ ਵੇਖਿਆ ਜਾਂਦਾ। ਸੇਖੋਂ ਸਾਹਿਬ ਪਾਰਟੀ ਖਤਮ ਐ ਅਕਾਲੀ ਦਲ ਕੇ ਬਾਦਲ ਪਰਿਵਾਰ ਖਤਮ ਐ ਕੀ ਮੰਨਦੇ ਸੀ? ਅਕਾਲੀ ਦਲ ਕਦੀ ਖਤਮ ਨਹੀਂ ਹੋਣਾ। ਇਸ ਕਰਕੇ ਨਹੀਂ ਹੋਣਾ ਨੁਕਸਾਨ ਹੋ ਗਿਆ। ਜੀ। ਅਰਸ਼ ਤੋਂ ਫਰਸ਼ ਤੇ ਆ ਗਿਆ। ਬਿਲਕੁਲ। ਲੇਕਿਨ ਇਸ ਬਾਦਲ ਪਰਿਵਾਰ ਦੀ ਵਜ੍ਹਾ ਕਰਕੇ ਖਤਮ ਕਿਉਂ ਨਹੀਂ ਹੋਣਾ? ਕਿਉਂਕਿ ਇਹਦੀ ਨਿਊ ਜਿਹੜੀ ਆ ਨਾ ਇਹ ਸ਼ਹੀਦਾਂ ਦੇ ਖੂਨ ਤੇ ਰੱਖੀ ਆ ਕਾਲੀ ਦਲ ਕਦੀ ਖਤਮ ਨਹੀਂ ਹੋ ਸਕਦਾ ਪੰਜਾਬ ਚੋਂ ਨਾ ਇਹਨੂੰ ਕੋਈ ਕਰ ਸਕਦਾ ਜੀ ਲੇਕਿਨ ਜੋ ਬਾਦਲ ਪਰਿਵਾਰ ਦਾ ਕਰਦਾਰ ਰਿਹਾ ਉਹ ਪਰਿਵਾਰ ਹੁਣ ਖਤਮ ਹੋਣ ਦੇ ਕਿਨਾਰੇ ਆ ਜੇ ਬਾਦਲ ਪਰਿਵਾਰ ਅੱਜ ਕਾਲੀ ਦਲ ਦੇ ਵਿੱਚੋਂ ਚਲਾ ਜਾਵੇ ਕੋਈ ਐਸਾ ਚਮਤਕਾਰ ਹੋਵੇ ਤੁਸੀਂ ਵਾਪਸ ਰਲੇਵਾ ਕਰੋਗੇ ਅਕਾਲੀ ਬਿਲਕੁਲ ਬਿਲਕੁਲ ਸਾਨੂੰ ਕਾਲੀ ਦਲ ਨਾਲ ਤਾਂ ਕੋਈ ਗਿਲਾ ਹੀ ਨਹੀਂ ਅਸੀਂ ਕਾਲੀ ਜੰਮਿਆ ਕਾਲੀ ਮਰਨਾ ਆ ਕੋਣ ਵੀ ਜੇ ਅਸੀਂ ਉਹਨਾਂ ਤੋਂ ਅਲੱਗ ਹੋਏ ਆਂ ਜੀ ਤੇ ਅਸੀਂ ਕਿਸੇ ਪੋਲੀਟੀਕਲ ਪਾਰਟੀ 'ਚ ਨਹੀਂ ਗਏ ਅਸੀਂ ਅਕਾਲੀ ਦਲ ਬਣਾਇਆ ਔਰ ਅਕਾਲੀ ਦਲ ਬਣਾਇਆ ਟਕਸਾਲੀ ਬਿਲਕੁਲ ਉਹਦੇ ਤੋਂ ਇੱਕ ਕਦਮ ਅੱਗੇ ਜਾਣ ਵਾਲੇ ਆਂ ਔਰ ਜੇ ਅਸੀਂ ਅਕਾਲੀ ਦਲ ਨੂੰ ਬਣਾਇਆ ਤੇ ਕਿਸੇ ਰੈਸਟੋਰੈਂਟ ਉਸ ਵਿੱਚ ਬਹਿ ਕੇ ਜਾਂ ਘਰ ਵਿੱਚ ਬਹਿ ਕੇ ਨਹੀਂ ਬਣਾ ਲਿਆ ਹਮਮ ਸ਼੍ਰੀ ਅਕਾਲ ਤਖਤ ਸਾਹਿਬ ਤੇ ਸੰਗਤ ਇਕੱਠੀ ਕਰਕੇ ਉਹਨਾਂ ਦੀ ਪ੍ਰਵਾਨਗੀ ਲੈ ਕੇ ਗੁਰੂ ਦੀ ਪ੍ਰਵਾਨਗੀ ਲੈ ਕੇ ਛੇਵੇਂ ਪਾਤਸ਼ਾਹ ਦੀ ਫਿਰ ਅਸੀਂ ਅਕਾਲੀ ਦਲ ਬਣਾਇਆ ਅਸੀਂ ਅਕਾਲੀ ਆਂ ਅਕਾਲੀ ਮਰਨਾ ਸੇਖੋਂ ਸਾਹਿਬ ਬਾਕੀ ਟਕਸਾਲੀ ਕਿਉਂ ਨਹੀਂ ਆ ਰਹੇ ਨਾਲ ਜਥੇਦਾਰ ਤੋਤਾ ਸਿੰਘ ਹੋ ਗਏ ਜਾਂ ਫਿਰ ਬਾਕੀ ਜਿੰਨੇ ਵੀ ਆਪਾਂ ਗੱਲ ਕਰ ਲਈਏ ਉਹ ਕਿਉਂ ਨਹੀਂ ਨਾਲ ਆ ਰਹੇ ਹੈਗੇ ਅਕਾਲੀ ਪਾਰਥੀ ਸਭ ਮਿਲेंगे ਜੀ ਆਸ ਹੈ ਮਤਲਬ ਅੱਗੇ ਕੁਝ ਵੀ ਹੋ ਸਕਦਾ ਸੋ ਸੋ ਸੇਖੋਂ ਸਾਹਿਬ ਦੇਖ ਲੇ ਤੁਸੀਂ ਵੀ ਵੱਖਰੇ ਹੋਗੇ ਪਰ ਅਕਾਲੀ ਦਲ ਅੱਜ ਵੀ ਤੁਹਾਡੀਆਂ ਸਾਰੀਆਂ ਪਾਰਟੀਆਂ ਦੇ ਨਾਲੋਂ ਵਧੇਰੇ ਪਾਵਰਫੁਲ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਵੀ ਉਹਨਾਂ ਦੇ ਹੱਥ ਵਿੱਚ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੇ ਅੱਜ ਵੀ ਕੋਲਡ ਹੈ ਇੱਕ ਨੂੰ ਠੀਕ ਹੋਏਗਾ ਕਦੋਂ ਤੁਸੀਂ ਤੁਹਾਡੇ ਕੋਲ ਆਏਗਾ ਸਹੀ ਬੰਦੇ ਕੋਲ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਤ ਨੇ ਸਾਰਿਆਂ ਦੀ ਰਾਏ ਆ ਕਿ ਅਕਾਲੀ ਦਲ ਲੋਕ ਉਹੀ ਗਿਣਦੇ ਆ ਜਿਹਦਾ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਹੋਵੇ ਬਿਲਕੁਲ ਅਕਾਲ ਤਖਤ ਸਾਹਿਬ ਵੀ ਜਿਹੜਾ ਅੱਜ ਕੱਲ ਹੁਣ ਜੇ ਇਹ ਕਹਿ ਲਓ ਜਿਹੜੀ ਕਿ ਮਾੜੀ ਗੱਲ ਆ ਸ਼੍ਰੋਮਣੀ ਕਮੇਟੀ ਦੇ ਕਬਜ਼ੇ 'ਚ ਹੀ ਆ ਬਿਲਕੁਲ ਤੇ ਸ਼੍ਰੋਮਣੀ ਕਮੇਟੀ ਅਕਾਲੀ ਦਲ ਦੇ ਕਬਜ਼ੇ 'ਚ ਆ ਤੇ ਅਕਾਲੀ ਦਲ ਜਿਹੜਾ ਵਾ ਬਾਦਲ ਪਰਿਵਾਰ ਦੇ ਕਬਜ਼ੇ 'ਚ ਆ ਸੋ ਇਸ ਕਰਕੇ ਇਹ ਸਾਰੀਆਂ ਗੱਲਾਂ ਤਾਂ ਹੱਲ ਹੋਣਗੀਆਂ। ਇਹੀ ਅਸੀਂ ਮੰਗ ਕਰ ਰਹੇ ਹਾਂ। ਪਿੱਛੇ ਅਸੀਂ ਮੀਟਿੰਗ ਕਰਕੇ ਅਸੀਂ ਇਹ ਪ੍ਰੋਗਰਾਮ ਵੀ ਬਣਾਇਆ ਕਿ ਜਿਹੜਾ ਦੇਸ਼ ਦਾ ਹੋਮ ਮਿਨਿਸਟਰ ਆ ਉਹਨੂੰ ਮਿਲਣ ਜਾਵਾਂਗੇ। ਜੀ। ਉਹਨਾਂ ਨੂੰ ਕਹਾਂਗੇ ਕਿ ਐਸਜੀਪੀਸੀ ਦੀ ਜਨਰਲ ਇਲੈਕਸ਼ਨ ਜਿਹੜੀ ਹੈ ਡਿਊ ਆ। ਉਹ ਕਾਈਂਡਲੀ ਜਲਦੀ ਤੋਂ ਜਲਦੀ ਕਰਵਾਓ। ਹੂੰ। ਜੇ ਪੰਚਾਇਤਾਂ ਦੀਆਂ ਇਲੈਕਸ਼ਨਾਂ, ਐਮਐਲਏ, ਐਮਪੀ ਦੀਆਂ ਦੂਜੀਆਂ ਇਲੈਕਸ਼ਨਾਂ ਸਾਰੀਆਂ ਇਹ ਟਾਈਮ ਹੁੰਦੀਆਂ। ਜੀ। ਤੇ ਇਹਨਾਂ ਨੂੰ 9-9 ਸਾਲ ਦਾ, 10 ਸਾਲ ਬੀਤ ਜਾਂਦੇ ਆ ਕੋਈ ਧਿਆਨ ਹੀ ਨਹੀਂ ਦਿੰਦਾ। ਹੂੰ। ਉਹਦੀ ਵਜ੍ਹਾ ਇਹ ਆ। ਕਿ ਬਾਦਲ ਪਰਿਵਾਰ ਜਦੋਂ ਚਾਹੁੰਦਾ ਵੀ ਆਪਣੀ ਸਰਕਾਰ ਹੋਵੇ ਆਪਣਾ ਕੰਟਰੋਲ ਹੋਵੇ ਤੇ ਅਸੀਂ ਫਿਰ ਆਪਣੇ ਬੰਦੇ ਖੜੇ ਕਰਕੇ ਤੇ ਜਿਤਾ ਲਈਏ ਜਿਹਦੀ ਵਜ੍ਹਾ ਕਰਕੇ ਲੇਟ ਹੋ ਰਹੀ ਆ ਲੇਕਿਨ ਅਸੀਂ ਇਹ ਕੋਸ਼ਿਸ਼ ਕਰਾਂਗੇ ਜਿੰਨੀਆਂ ਪੰਥਕ ਧਰਾਨੇ ਉਹਨਾਂ ਨੂੰ ਨਾਲ ਲਵਾਵਾਂਗੇ ਤੇ ਜਿਹੜੇ ਅੱਛੇ ਲੋਕ ਨੇ ਜਿਹੜੇ ਰਾਜਨੀਤੀ ਵਾਲੇ ਪਾਸੇ ਧਿਆਨ ਨਾ ਹੋਵੇ ਜੀ ਕੇਵਲ ਧਰਮ ਵਾਲੇ ਪਾਸੇ ਧਿਆਨ ਹੋਵੇ ਉਹਨਾਂ ਲੋਕਾਂ ਨੂੰ ਅੱਗੇ ਕਰਕੇ ਇਹ ਇਲੈਕਸ਼ਨ ਲੜਾਂਗੇ ਤੇ ਐਸੇ ਮੈਂਬਰ ਜਿਤਾ ਕੇ ਲਿਆਵਾਂਗੇ ਜਿਹੜੇ ਇਸ ਮਰਯਾਦਾ ਨੂੰ ਬਹਾਲ ਕਰਨ ਅਕਾਲ ਤਖਸਾਲ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜੋ ਆਨ ਸ਼ਾਨ ਮਿੱਟੀ ਚ ਨਾ ਮਿਲੀ ਆ ਉਹਨੂੰ ਮੁੜ ਕੇ ਲਿਆਂ ਤੇ ਲਿਆਂਦਾ ਜਾ ਸਕੇ ਜੀ ਤੁਸੀਂ ਖਾਲਸਾ ਸਾਹਿਬ ਤੁਸੀਂ ਕਹਿ ਕਿ ਕੇਂਦਰ ਦੀ ਤੇ ਇਹਨਾਂ ਦੀ ਮਿਲਿਪੁਗਤ ਹੈ ਕਿ ਹਾਂ ਬਾਦਲ ਪਰਿਵਾਰ ਚਾਹੁੰਦਾ ਤਾਂ ਹੀ ਕਰਕੇ ਇਲੈਕਸ਼ਨ ਲੇਟ ਹੋ ਰਹੀ ਹੈ ਕਿਤੇ ਇਹ ਡਰਤਾ ਨਹੀਂ ਵੀ ਜੇ ਇਸ ਵਾਰੀ ਜਦੋਂ ਪਿੰਡ ਦੇ ਵਿੱਚ ਉਤਰਨਗੇ ਤੇ ਅਕਾਲੀ ਦਲ ਨੂੰ ਡਰ ਹੈ ਕਿ ਉਹ ਨਹੀਂ ਜਿੱਤ ਪਾਉਣਗੇ ਇਸੇ ਕਰਕੇ ਇਲੈਕਸ਼ਨ ਨਹੀਂ ਕਰਾ ਰਹੇ ਉਹਨਾਂ ਨੂੰ ਇਹ ਡਰ ਖਾ ਰਿਹਾ ਆ ਕਿ ਜੇ ਹੁਣ ਇਲੈਕਸ਼ਨ ਹੋ ਜਾਂਦੀ ਆ ਹੁਣ ਤੁਸੀਂ ਪਿਛਲੀਆਂ ਦੋ ਇਲੈਕਸ਼ਨਾਂ ਦੇਖ ਲਓ ਜੀ ਅਸੈਂਬਲੀ ਦੀ ਇਲੈਕਸ਼ਨ ਹੋਈ ਆ ਤੇ ਕਦੀ ਅੱਜ ਤੱਕ ਜਿਉਂਦੋਂ ਦਾ 1920 ਦਾ ਅਕਾਲੀ ਦਲ ਬਣਿਆ ਤੇ ਜਿਉਂ ਇਲੈਕਸ਼ਨਾਂ ਲੜਨ ਲੱਗਾ ਕਦੀ 14-15 ਸੀਟਾਂ ਤੇ ਅਕਾਲੀ ਦਲ ਨਹੀਂ ਆਇਆ ਇਹ ਪਹਿਲੀ ਵਾਰੀ ਹੋਇਆ ਜੇ ਪਾਰਲੀਮੈਂਟ ਦੀ ਇਲੈਕਸ਼ਨ ਆਈ ਆ ਤੇ ਦੋ ਐਮਪੀ ਜਿੱਤੇ ਆ ਉਹ ਵੀ ਅਕਾਲੀ ਦਲ ਦੇ ਦੋ ਐਮਪੀ ਨਹੀਂ ਜਿੱਤੇ ਇੱਕ ਪਰਿਵਾਰ ਤੇ ਦੋ ਐਮਪੀ ਜਿੱਤੇ ਆ ਜੀ ਜਿਵੇਂ ਰਲ ਮਿਲ ਕੇ ਅੱਜ ਮਹਾਰਾਜਾ ਤੇ ਬਾਦਲ ਪਰਿਵਾਰ ਇਹ ਗੇਮ ਖੇਡਣ ਡਏ ਨੇ ਵੀ ਦੋਵੇਂ ਪਰਿਵਾਰ ਅੱਗੇ ਰਹੀਏ ਇਹ ਜਿਹੜੀ ਮਲਕ ਭਾਗੋ ਦੀ ਲਾਅਦ ਆ ਨਾ ਇਹ ਸਾਰਿਆਂ ਨੂੰ ਖਰਾਬ ਕਰਨ ਲਈ ਆ ਤੇ ਆਪਸ ਵਿੱਚ ਰਲ ਕੇ ਇੱਕ ਦੂਜੇ ਨੂੰ ਜਿਤਾ ਦਿੰਦੇ ਆ ਤੇ ਬਾਕੀ ਜਿਹੜੇ ਨੇ ਉਹ ਵਿਚਾਰੇ ਠੋਕਰਾ ਖਾ ਰਹੇ ਜੀ ਸੋ ਸੇਖੋਂ ਸਭ ਹੁਣ ਤੁਸੀਂ ਕੀ ਹੈ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਅੱਜ ਕੱਲ ਕੀ ਸਰਗਰਮੀ ਕਰ ਰਿਹਾ ਐਸਜੀਪੀਸੀ ਚੋਣ ਨੂੰ ਲੈ ਕੇ ਜਾਂ ਕੀ ਏਜੰਡੇ ਨਾਲ ਚੱਲਦਾ ਸਾਡਾ ਮੇਨ ਏਜੰਡਾ ਹੀ ਐਸਜੀਪੀਸੀ ਬਾਦਲਾਂ ਤੋਂ ਆਜ਼ਾਦ ਕਰਾਉਣ ਦਾ ਜੀ ਅਸੀਂ ਪਿੱਛੇ ਆਪਣੇ ਫੂਲਕਾ ਸਾਹਿਬ ਨਾਲ ਸੰਪਰਕ ਕੀਤਾ ਸੀ ਅਸੀਂ ਹੋਰ ਵੀ ਅਜਿਹੇ ਲੋਕ ਅਜਿਹੀਆਂ ਜਥੇਬੰਦੀਆਂ ਜਿਨ੍ਹਾਂ ਦਾ ਵਿਚਾਰ ਧਾਰਕਤ ਤੇ ਜਿਨ੍ਹਾਂ ਦੇ ਪੰਥਕ ਵਿਚਾਰ ਨੇ ਉਹਨਾਂ ਨਾਲ ਅਸੀਂ ਸੰਪਰਕ ਕਰ ਰਹੇ ਆ ਲੋਕਾਂ ਪਰ ਫੁਲਕਾ ਸਾਹਿਬ ਦਾ ਤਾਂ ਸੁਣ ਰਿਹਾ ਕਿ ਫੁਲਕਾ ਸਾਹਿਬ ਤਾਂ ਬੀਜੇਪੀ ਦੇ ਨਾਲ ਕਨੈਕਟ ਹੋ ਕੇ ਆਉਣਗੇ ਐਸਜੀਪੀਸੀ ਚੋਣਾਂ ਦੇ ਵੇਖੋ ਬੀਜੇਪੀ ਦਾ ਕੋਈ ਮਤਲਬ ਸ਼੍ਰੋਮਣੀ ਕਮੇਟੀ ਨਾਲ ਬਣਦਾ ਨਹੀਂ ਪਰ ਉਹ ਚਾਹੁੰਦੇ ਤਾਂ ਹੈ ਬੀਜੇਪੀ ਪੋਲੀਟੀਕਲ ਪਾਰਟੀ ਹੈ ਉਹ ਪੋਲੀਟੀਕਲ ਪਾਰਟੀ ਨਾਲ ਕੋਈ ਗੱਲ ਕਰ ਸਕਦੀ ਆ ਸਾਡੀ ਐਸਜੀਪੀਸੀ ਜਿਹੜੀ ਆ ਇਹ ਤਾਂ ਸਾਡੀ ਨਰੋਲ ਗੁਰਦੁਆਰਿਆਂ ਦਾ ਪ੍ਰਬੰਧ ਕਰਨ ਵਾਲੀ ਸਾਡੀ ਧਾਰਮਿਕ ਸੰਸਥਾ ਪਰ ਕਿਤੇ ਨਾ ਕਿਤੇ ਬੀਜੇਪੀ ਚਾਹੁੰਦੀ ਤਾਂ ਹੈ ਨਾ ਬੀਜੇਪੀ ਦੀ ਜੋ ਆਰਐਸਐਸ ਸ਼ਾਖਾ ਹੈ ਉਹਨਾਂ ਦੀ ਉਹ ਚਾਹੁੰਦੀ ਹੈ ਕਿ ਅਸੀਂ ਐਸਜੀਪੀਸੀ ਦੇ ਉੱਤੇ ਆਪਣਾ ਹੋਲਡ ਕਰੀਏ ਸਿੱਖਾਂ ਦੇ ਥਰੂ ਹੀ ਵੇਖੋ ਇਹ ਤਾਂ ਫਿਰ ਜੇ ਸਿੱਖਾਂ 'ਚ ਕੋਈ ਅਣਖ ਨਾ ਹੋ ਗੈਰਤ ਨਾ ਹੋ ਫਿਰ ਤਾਂ ਹਾ ਗੱਲ ਸੰਭਵ ਆ ਤੇ ਜੇਕਰ ਅਸੀਂ ਅਣਖ ਤੇ ਗੈਰਤ ਵਾਲੇ ਆ ਤੇ ਫਿਰ ਅਸੀਂ ਕਿਵੇਂ ਬਰਦਾਸ਼ਤ ਕਰ ਸਕਨੇ ਆ ਕਿ ਹੋਰ ਕੋਈ ਆਰਐਸਐਸ ਹੋਵੇ ਜਾਂ ਕੋਈ ਔਰ ਜਥੇਬੰਦੀ ਹੋਵੇ ਜਿਹੜੀ ਇੱਧਰ ਧਿਆਨ ਕੇ ਕਬਜ਼ਾ ਕਰ ਜੇ ਜੀ ਅਜੇ ਇਹੋ ਜੀ ਸਥਿਤੀ ਮੈਂ ਨਹੀਂ ਸਮਝਦਾ ਵੀ ਇੰਨੇ ਮਾਰੇ ਸੇਖੋ ਗਏ ਇੰਨੇ ਕਮਜ਼ੋਰ ਹੋ ਗਏ ਆ ਕਿ ਆਸ ਆਸਾਨ ਕੇ ਸਾਡੀ ਸ਼ਰਮੀ ਕਮੇਟੀ ਤੇ ਕਬਜ਼ਾ ਕਰ ਲਓ ਐਡੇ ਕਮਜ਼ੋਰ ਨਹੀਂ ਗਏ ਅਸੀਂ ਸੋ ਸੇਖੋਂ ਸਾਹਿਬ ਗਰਾਊਂਡ ਗਰਾਊਂਡ ਤੇ ਵਰਕ ਕਰ ਰਹੇ ਹੋ ਜਾ ਕੇ ਪਿੰਡਾਂ ਦੇ ਵਿੱਚ ਬਿਲਕੁਲ ਕਰ ਰਹੇ ਆ ਜੀ ਬਿਲਕੁਲ ਕਰ ਰਹੇ ਆ ਅਸੀਂ ਆਪਣੀ ਜਥੇਬੰਦੀ ਨੂੰ ਮਜ਼ਬੂਤ ਕਰ ਰਹੇ ਆ 18 ਕੇ ਜ਼ਿਲ੍ਹੇ ਜਿਹੜੇ ਨੇ ਉਹ ਅਸੀਂ ਆਰਗੇਨਾਈਜ਼ ਕਰ ਲੈਨੇ ਬਾਕੀ ਤੇ ਬੜੀ ਛੇਤੀ ਅਸੀਂ ਆਰਗੇਨਾਈਜ਼ ਕਰ ਰਹੇ ਆ ਬਕਾਇਦਾ ਅਸੀਂ অবজারভার ਲਾਤੇ ਨੇ ਉਹਨਾਂ ਨੂੰ ਜ਼ਿਲ੍ਹੇ ਵੰਡ ਦਿੱਤੇ ਨੇ ਜੀ ਤਾਂ ਕਿ ਜਿੰਨਾ ਚਿਰ ਸਾਡੇ ਕੋਲ ਕੇਡਰ ਨਹੀਂ ਉਹਨਾਂ ਚਿਰ ਅਸੀਂ ਆਪਣੀ ਗੱਲ ਜਿਹੜੀ ਹੈ ਲੋਕਤਾ ਹੀ ਪਛਾ ਨਹੀਂ ਸਕਦੇ ਸੋ ਅਸੀਂ ਉਹ ਆਪਣਾ ਕੇਡਰ ਪੈਦਾ ਕਰ ਰਹੇ ਆ ਸਾਡਾ ਮੁੱਖ ਨਿਸ਼ਾਨਾ ਜਿਹੜਾ ਉਹ ਐਸਪੀਸੀ ਆ ਕਿ ਐਸਪੀਸੀ ਜਿਹੜੀ ਆ ਉਹ ਮਾਰੇ ਹੱਥਾਂ ਚੋਂ ਕੱਢ ਕੇ ਚੰਗੇ ਹੱਥਾਂ ਚ ਦੇਣੀ ਹੈ ਜੀ ਬਹੁਤ ਬਹੁਤ ਧੰਨਵਾਦ ਸੇਖਵਾਂ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸੋ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਸੀਨੀਅਰ ਲੀਡਰ ਸੇਵਾ ਸਿੰਘ ਸੇਖਵਾ ਦਾ ਇੱਕੋ ਇੱਕ ਹੁਣ ਨਿਸ਼ਾਨਾ ਹੈ ਐਸਜੀਪੀਸੀ ਚੋਣ ਦੇ ਵਿੱਚ ਉਤਰਨਾ ਔਰ ਐਸਜੀਪੀਸੀ ਦੇ ਉੱਤੇ ਚੰਗੇ ਹੱਥਾਂ ਦਾ ਹੱਥਾਂ ਦੇ ਵਿੱਚ ਜਾਣਾ ਤਾਂ ਹੀ ਉਹ ਕਹਿ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਵੀ ਮੁੜ ਤੋਂ ਚੰਗੇ ਉਭਾਰ ਦੇ ਵਿੱਚ ਵਾਪਸ ਆ ਸਕਦਾ ਹੈ ਪੰਜਾਬ ਦੇ ਵਿੱਚ ਪਰ ਅਹਿਮ ਸਵਾਲ ਹੈ ਕਿ ਐਸਜੀਪੀਸੀ ਇਲੈਕਸ਼ਨ ਕਦੋਂ ਹੋਏਗੀ ਵੀਡੀਓ ਜਰਨਲਿਸਟ ਦਲਪ੍ਰੀਤ ਸਿੰਘ ਦੇ ਨਾਲ ਹਰਸ਼ਰਨ ਕੌਰ ਦਾ ਖਾਲਸ ਟੀਵੀ ਲਈ ਸਾਬਜ਼ਾਦਾ ਅਜੀਤ ਸਿੰਘ ਨਗਰ ਤੋਂ ਖਾਸ ਰਿਪੋਰਟ